ਸੋ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਇੱਕ ਵੱਡੀ ਗੁੱਡ ਨਿਊਜ਼ ਆਉਣ ਵਾਲੇ ਦਿਨਾਂ 'ਚ ਮਿਲੂਗੀ, ਜੋ ਉਹਨਾਂ ਨੇ ਅਨਾਊਂਸ ਕੀਤਾ ਹੈ ਕਿ ਇਸ ਵੀਕ ਉਹ ਕੈਬਨਿਟ ਮਿਨਿਸਟਰਸ ਦੇ ਨਾਲ ਡਿਸਕਸ ਕਰਨ ਜਾ ਰਹੇ ਨੇ ਸਭ ਤੋਂ ਵੱਡਾ ਮਸਲਾ ਕੈਨੇਡਾ ਦਾ, ਅਨਡਾਕੂਮੈਂਟਡ ਜਿਹੜੇ ਰੈਜੀਡੈਂਟ ਨੇ ਉਹਨਾਂ ਦਾ। ਕੈਨੇਡਾ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਅਸਾਈਲਮ ਦਾ ਕੇਸ ਹਾਰ ਚੁੱਕੇ ਨੇ, ਜਾਂ ਜਿਨ੍ਹਾਂ ਕੋਲ ਕਾਗਜ਼ ਪੱਤਰ ਨਹੀਂ ਹੈ ਪਰ ਉਹ ਸਾਲਾਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਨੇ। ਸੋ ਇਹ ਸਾਰੇ ਲੋਕਾਂ ਨੂੰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਰੈਜੀਡੈਂਸੀ ਦੇ ਦੂਗਾ, PR ਦੇ ਦੂਗਾ, ਕਿਉਂਕਿ ਇਹਨਾਂ ਨੂੰ PR ਦੇਣ ਦੇ ਨਾਲ ਕੈਨੇਡਾ ਦਾ ਸਭ ਤੋਂ ਵੱਡਾ ਫਾਇਦਾ ਹੋ ਰਿਹਾ ਕਿ ਇਹ ਲੋਕ ਲੀਗਲ ਸਾਈਕਲ 'ਚ ਆਉਣਗੇ, ਕਿਉਂਕਿ ਕੰਮ ਆਲਰੇਡੀ ਕਰ ਰਹੇ ਨੇ, ਰਹਿ ਆਲਰੇਡੀ ਰਹੇ ਨੇ, ਹਾਊਸਿੰਗ ਆਲਰੇਡੀ ਯੂਜ਼ ਕਰ ਰਹੇ ਨੇ, ਪਰ ਟੈਕਸ ਇਹਨਾਂ ਦਾ ਕੋਈ ਨਹੀਂ ਆਉਂਦਾ ਸਰਕਾਰ ਤੱਕ। ਸੋ ਸਰਕਾਰ ਉਹ ਸਿਸਟਮ ਬਣਾਉਣ ਜਾ ਰਹੀ ਹੈ ਜਿਹਦੇ ਵਿੱਚ ਇਹਨਾਂ ਸਾਰਿਆਂ ਨੂੰ ਲੀਗਲ ਕੀਤਾ ਜਾਵੇ ਅਤੇ ਇਹ ਸਭ ਜਾਣੇ ਬੁੱਕਸ 'ਚ ਆਉਣਗੇ, ਬੁੱਕਸ 'ਚ ਆਉਣਗੇ, ਗੌਰਮੈਂਟ ਨੂੰ ਲੱਖਾਂ ਕਰੋੜਾਂ ਦਾ ਟੈਕਸ ਆਊਗਾ ਇਹਨਾਂ ਦੀਆਂ ਇਨਕਮਸ ਦੇ ਵਿੱਚੋਂ। ਸੋ ਇਹਨਾਂ ਦੀ ਵੀ ਜ਼ਿੰਦਗੀ ਗਾਂ ਵਾਸਤੇ ਬਹੁਤ ਸੌਖੀ ਹੋ ਜੂਗੀ। ਕੈਨੇਡਾ ਦਾ ਟਾਰਗੇਟ ਹੈ ਪੁਰਾਣੀ ਇਮੀਗ੍ਰੇਸ਼ਨ ਇੱਕ ਵਾਰੀ ਸੋਰਟ ਆਊਟ ਵੀ ਕਰੀਏ ਅਤੇ ਨਾਲ ਦੀ ਨਾਲ ਜਿਹੜੀ ਨਵੀਂ ਇਮੀਗ੍ਰੇਸ਼ਨ ਹੈ ਉਹਨੂੰ ਹੁਣ ਇਸ ਤਰੀਕੇ ਨਾਲ ਫਿਲਟਰ ਕਰੀਏ ਕਿ ਉਹਦੇ ਵਿੱਚ ਜਿਹੜੇ ਸਕਿੱਲਡ ਲੋਕ ਨੇ, ਜਿਹੜੇ ਕਾਮਯਾਬ ਲੋਕ ਨੇ, ਉਹੀ ਇਸ ਧਰਤੀ 'ਤੇ ਆ ਸਕਣ, ਰਹਿ ਸਕਣ ਅਤੇ ਪੱਕੇ ਹੋ ਸਕਣ, ਕਿਉਂਕਿ ਇਹਨਾਂ ਨੂੰ ਸੈਟਲਮੈਂਟ ਦੇਣ ਤੋਂ ਬਾਅਦ ਕੈਨੇਡਾ ਲਗਾਤਾਰ ਆਪਣੇ ਕਾਨੂੰਨਾਂ ਨੂੰ ਚੇਂਜ ਕਰਦਾ ਜਾ ਰਿਹਾ, PR ਸਿਸਟਮਸ ਨੂੰ ਚੇਂਜ ਕਰਦਾ ਜਾ ਰਿਹਾ, ਡੈਪੋਟੇਸ਼ਨ ਦੇ ਪ੍ਰੋਸੈਸ ਨੂੰ ਚੇਂਜ ਕਰਦਾ ਜਾ ਰਿਹਾ, ਸਟੱਡੀ ਵੀਜ਼ਾ ਦੇ ਪ੍ਰੋਸੈਸ ਨੂੰ ਚੇਂਜ ਕਰਦਾ ਜਾ ਰਿਹਾ, ਵਰਕ ਪਰਮਿਟ ਦੇ ਪ੍ਰੋਸੈਸ ਨੂੰ ਚੇਂਜ ਕਰਦਾ ਰਿਹਾ ਲਗਾਤਾਰ। ਸੋ ਇਹ ਚੇਂਜਿਸ ਆਉਣ ਵਾਲੇ ਸਮੇਂ 'ਚ ਹੋਰ ਵੱਧਦੀਆਂ ਰਹਿਣਗੀਆਂ, ਔਰ ਬਿਹਤਰ ਹੈ ਕਿ ਜਿਹੜੇ ਸਟੂਡੈਂਟਸ ਹੈ ਉਹ ਵੀ ਹੁਣ ਆਪਣਾ ਜਿਹੜਾ ਤਰੀਕਾ ਹੈ ਉੱਥੇ ਜਾਣ ਦਾ, ਪੜ੍ਹਨ ਦਾ, ਉਹ ਬਦਲ ਲੈਣ। ਮੈਂ ਕਈ ਸ਼ੋਅਜ਼ ਦੇ ਦੌਰਾਨ ਦੱਸਿਆ ਕਿ ਕੈਨੇਡਾ ਦਾ ਫੋਕਸ ਹੁਣ ਸਕਿੱਲਡ ਲੋਕਾਂ ਦੇ ਉੱਤੇ ਹੈ। ਕੈਨੇਡਾ ਨੂੰ ਜਿਹੜੀ ਡੈਸਪਰੇਸ਼ਨ ਵਾਲੀ ਇਮੀਗ੍ਰੇਸ਼ਨ ਚਾਹੀਦੀ ਸੀ ਅੱਜ ਤੋਂ 15 ਸਾਲ ਪਹਿਲਾਂ, ਜਦੋਂ ਉਹਦੀ 2.5 ਕਰੋੜ ਆਬਾਦੀ ਸੀ, ਉਹ ਉਹਨੇ ਖਿੱਚ ਖਿੱਚ ਕੇ ਅੱਜ 4 ਲੱਖ ਤੋਂ ਪਲੱਸ 'ਤੇ ਲੈ ਗਿਆ ਹੋਇਆ। ਸੋ ਉਹਨੂੰ ਹੁਣ ਉਨੀ ਡੈਸਪਰੇਸ਼ਨ ਜਿਹੜੀ ਆ ਲੋਕਾਂ ਦੀ ਨਹੀਂ ਗੀ, ਹੁਣ ਉਹਨੂੰ ਜ਼ਿਆਦਾ ਡੈਸਪਰੇਸ਼ਨ ਹੈ ਵਧੀਆ ਲੋਕਾਂ ਦੀ, ਸਕਿੱਲ ਵਾਲੇ ਲੋਕਾਂ ਦੀ। ਔਰ ਸਟੂਡੈਂਟਸ ਦੇ ਲਈ ਬਹੁਤ ਸਾਰੇ ਰਿਲੈਕਸੇਸ਼ਨ ਹੈ, ਜਿੱਦਾਂ ਮੈਂ ਪਿਛਲੇ ਸ਼ੋਆਂ 'ਚ ਵੀ ਦੱਸਿਆ ਸੀਗਾ ਕਿ ਹੁਣ ਤੁਸੀਂ ਸਿਰਫ 25% ਆਪਣੀ ਫੀਸ ਦਾ ਦੇ ਕੇ ਜਾ ਸਕਦੇ ਹੋ, ਮਤਲਬ ਸਿਰਫ ਕੋਈ ਤਕਰੀਬਨ ਜਿਹੜਾ ਬਣਦਾ 3 ਲੱਖ ਰੁਪਈਆ ਫੀਸ ਤੁਹਾਨੂੰ ਕੋਲੋਂ ਦੇਣੀ ਹੈ, ਬਾਕੀ ਫੀਸ ਸਾਰੀ ਕੈਨੇਡਾ ਫਾਈਨਾਂਸ ਹੋਊਗੀ ਔਰ ਉਹ ਫੀਸ ਤੁਸੀਂ 7 ਸਾਲਾਂ 'ਚ ਵਾਪਸ ਕਰ ਸਕਦੇ ਹੋ। ਸੋ ਇੱਕ ਵੱਡਾ ਬੈਨੀਫਿਟ ਹੋ ਸਕਦਾ। ਕਿੱਦਾਂ ਕਿੱਦਾਂ ਤੁਸੀਂ ਇਹ ਫੀਸ ਹਾਸਲ ਕਰ ਸਕਦੇ ਹੋ? ਕੋਈ ਸਿਕਿਉਰਿਟੀ ਇਹਦੇ ਲਈ ਨਹੀਂ ਦੇਣੀ, ਕੋਈ ਚੈੱਕ ਨਹੀਂ ਦੇਣੇ, ਕੁਛ ਨਹੀਂ ਦੇਣਾ, ਤੁਸੀਂ ਇਹਦੇ ਲਈ ਨੋਰਮਲ ਸਟੱਡੀ ਵੀਜ਼ਾ ਹੀ ਅਪਲਾਈ ਕਰਨਾ। ਸੋ ਟੀਮ ਨੂੰ ਕੰਟੈਕਟ ਕਰ ਲਓ ਅੱਜ ਹੀ ਦਿੱਤੇ ਗਏ ਨੰਬਰ 'ਤੇ, ਆਫਿਸ ਜਾਓ, ਮਿਲੋ, ਆਪਣੇ ਡਾਕੂਮੈਂਟਸ ਦਿਖਾਓ ਔਰ ਜਲਦੀ ਤੋਂ ਜਲਦੀ ਅਪਲਾਈ ਵੀ ਕਰੋ, ਕਿਉਂਕਿ ਸਤੰਬਰ ਇਨਟੇਕ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਨਾ, ਉਹ 80-90% ਨਹੀਂ ਚੱਲ ਰਿਹਾ, ਉਹ 100% ਚੱਲ ਰਿਹਾ ਇਸ ਸਮੇਂ। ਸੋ ਆਪਣੀਆਂ ਐਪਲੀਕੇਸ਼ਨਸ ਨੂੰ ਬਿਲਕੁਲ ਡਿਲੇ ਨਾ ਕਰੋ ਅਤੇ ਅੱਜ ਹੀ ਜਾ ਕੇ ਆਪਣੀ ਕੇਸ ਅਪਲਾਈ ਕਰੋ। ਸਤਿ ਸ਼੍ਰੀ ਅਕਾਲ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।